बीती 22 जुलाई को पटियाला के गांव गंडा खेड़िया से दो सगे भाइयों के लापता होने के मामले पर आज बच्चों के घर वालों ने कल भाखड़ा नहर से मिली लाश की शिनाख्त करते हुए पुष्टि कर डाली कि ये उनके बड़े बेटे जशनदीप सिंह की लाश है। और ये लाश पुलिस को कुछ दिन पहले मिली थी, जो पहचान में नहीं आ रही थी, जिसका पुलिस डीएनए करवाना चाहती थी। उस समय परिवार तैयार नहीं था। दर्शन सिंह, जो के बच्चे के दादा हैं, ने कहा कि कपड़ों से उनके पोते की पहचान हो गई है। उन्होंने कहा कि ये लाश उनके बड़े पोते की है, उसके गले में धागा भी पहना हुआ था, जिससे उसकी पहचान हो गई है। खाली कपड़ों से ही बच्चे की पहचान हुई है, क्योंकि शरीर तो पानी के चलते फूल चुका है। उन्होंने कहा कि वह तो पहले दिन से ही कहते रहे कि उनके बच्चों को ढूंढो, उनके बच्चों को ढूंढो। अब जिसने ये काम किया है, उसे ढूंढ कर प्रशासन सजा दे। उन्होंने कहा कि वह तो गरीब आदमी है, वह क्या कर सकते हैं। आजाद टीवी न्यूज के लिए राजपुरा से कैमरामैन अभिषेक सूद के साथ भारत सूद की रिपोर्ट। ਮੇਰੇ ਪੋਤੇ ਆ ਜੀ ਦੋ ਜੀ ਤੇ ਜਿਹੜੀ ਬੱਚੇ ਦੀ ਪਹਿਚਾਣ ਹੋਈ ਹੈ ਕਿਹੜਾ ਬੱਚਾ ਜੀ ਕੱਪੜੇ ਵੱਡਾ ਜੀ ਹੈ ਜਸਨਦੀਪ ਹੈ ਜੀ ਕਿਵੇਂ ਪਛਾਣ ਜੀ ਕੱਪੜਿਆਂ ਦੀ ਪਛਾਣ ਜੀ ਹੋਰ ਕਿਆ ਪਛਾਣ ਆਣੀ ਜੀ ਕੱਪੜੇ ਹੈ ਜੀ ਗਲ 'ਚ ਫਿੱਤਾ ਪਾਇਆ ਹੋਇਆ ਉਹ ਵੀ ਹੈਗਾ ਜੀ ਕਾਲਾ ਫਿੱਤਾ ਪਾਇਆ ਹੋਇਆ ਇਹਦੇ ਮਾਤਾ ਜੀ ਸੈਟੀਸਫਾਈ ਕਿ ਮੇਰੇ ਬੱਚਾ ਜੀ ਹਾਂਜੀ ਮਾਤਾ ਜੀ ਕਹਿੰਦੇ ਹੈਗੇ ਹਾਂਜੀ ਹਾਂਜੀ ਉਹ ਹਾਂ ਹਾਂਜੀ ਹਾਂ ਉਹਨਾਂ ਕੱਪੜੇ ਪਛਾਣੇ ਉਹ ਵੀ ਵਿਚਾਰੀ ਕਹਿੰਦੇ ਕੱਪੜੇ ਹਾਂ ਇਹੀ ਕੱਪੜੇ ਦੇ ਜੀ ਕੱਪੜੇ ਤਾਂ ਪਛਾਣ ਹੈ ਜੀ ਹੋਰ ਕੋਈ ਜਿਹੜਾ ਹੋਰ ਤਾਂ ਕਿਆ ਪਤਾ ਲੱਗਣਾ ਤਾਂ ਸਾਰਾ ਫੁੱਲਿਆ ਪਿਆ ਜੀ ਇਹਨਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਪ੍ਰਸ਼ਾਸਨ ਤੋਂ ਅਸੀਂ ਕਿਆ ਮੰਗ ਕਰਨੀ ਹੁਣ ਕਿਆ ਮੰਗ ਕਰਨੀ ਸੀ ਸ਼ੁਰੂ ਤੋਂ ਇਹੀ ਮੰਗ ਕਰਨ ਸਾਡੇ ਬੱਚੇ ਮਿਲਣ ਸਾਡੇ ਬੱਚੇ ਮਿਲਣ ਸਾਡੇ ਬੱਚੇ ਮਿਲਣ ਜੀ ਹੋਰ ਅਸੀਂ ਕਿਆ ਪ੍ਰਸ਼ਾਸਨ ਉਹਨਾਂ ਨਾਲ ਤਾਂ ਹੁਣ ਇਹ ਪ੍ਰਸ਼ਾਸਨ ਕਰਿਆ ਜੀ ਹੁਣ ਅਸੀਂ ਕਿਆ ਕਰ ਸਕਦੇ ਅਸੀਂ ਤਾਂ ਗਰੀਬ ਆਦਮੀ ਕੁਛ ਨਹੀਂ ਕਰ ਸਕਦੇ ਜੀ ਇਸ ਨਾਲ ਬੱਚਿਆਂ ਦਾ ਪਛਾਣ ਹੋ ਗਈ ਹਾਂਜੀ ਹਾਂ ਜੀ ਅੱਜ ਦੁੱਖ ਦੀ ਘੜੀ ਚ ਆਏ ਹੈ ਇਹਦੇ ਬਾਰੇ ਜਾਣਕਾਰੀ ਦੇ ਦੇਖੋ ਜੋ ਬੱਚਿਆਂ ਦਾ ਜੋ ਸਾਡੇ ਤੋਂ ਅੱਜ 22 ਤਰੀਕ ਨੂੰ ਗੈਪ ਹੋਈ ਲੱਭਦੇ ਰਹੇ ਕੁਛ ਨਹੀਂ ਪਤਾ ਚੱਲਿਆ ਕੱਲ੍ਹ ਜਿਹਦੀ ਬਾਡੀ ਨਹਿਰ 'ਚੋਂ ਮਿਲੀ ਹੈ ਇਲਾਕੇ 'ਚ ਬਹੁਤ ਵੱਡਾ ਦੁੱਖ ਆ ਪਿੰਡ 'ਚ ਬਹੁਤ ਵੱਡਾ ਸੋਗ ਆ ਐਡਾ ਵੱਡਾ ਕਦੀ ਵੀ ਕੋਈ ਦੁਖਾਂ 'ਤੇ ਪਰਿਵਾਰ ਦੇ ਦੋ ਬੱਚੇ ਚਲੇ ਗਏ ਜਿਨ੍ਹਾਂ ਦਾ ਕੋਈ ਤੀਜਾ ਬੱਚਾ ਵੀ ਨਹੀਂ ਅਤੇ ਅੱਜ ਪੂਰਾ ਘਰ ਦੇ ਵਿੱਚ ਹਨੇਰ ਪਿਆ ਅਤੇ ਅੱਜ ਸਾਰਾ ਇਲਾਕਾ ਅਫਸੋਸ 'ਚ ਡੁੱਬਿਆ ਹੋਇਆ ਪਰਿਵਾਰ ਦੇ ਨਾਲ ਖੜ੍ਹੇ ਹਾਂ ਅਤੇ ਇਹ ਜਿਹੜਾ ਟਾਈਮ ਆ ਪਰਿਵਾਰ ਲਈ ਬਹੁਤ ਹੀ ਮਾੜਾ ਪਿੰਡ ਲਈ ਮਾੜਾ ਇਲਾਕੇ ਲਈ ਮਾੜਾ ਅਤੇ ਵਾਹਿਗੁਰੂ ਹੀ ਇਹ ਜਿਹੜਾ ਸਮਾਂ ਜਿਹੜਾ ਉਹ ਕੱਢ ਸਕਦਾ ਪਰ ਜੋ ਅੱਜ ਦਾ ਦੁੱਖ ਇਹ ਕੋਈ ਨਾ ਦੱਸਣ ਯੋਗ ਆ ਨਾ ਕਰਨ ਯੋਗ ਆ ਵੀ ਇਹ ਤੋਂ ਵੱਡਾ ਦੁੱਖ ਪਰਿਵਾਰ 'ਤੇ ਕਹਿ ਨਹੀਂ ਸਕਦਾ ਕਿਸੇ 'ਤੇ ਜਿਵੇਂ ਇਹ ਗਰੀਬ ਪਰਿਵਾਰ ਹੈ ਸਰ ਇਹਦੇ ਵਾਸਤੇ ਕੁਛ ਕਰੋਗੇ ਸਰਕਾਰ ਵੱਲੋਂ ਜਾ ਬਿਲਕੁਲ ਕਰਾਂਗੇ ਜਿਹੜਾ ਇਹਦਾ ਬੱਚਾ ਦਾ ਪਿਤਾ ਜੀ ਹੈ ਇਹ ਵੀ ਬਿਮਾਰ ਇਹਦਾ ਇਲਾਜ ਕਰਾਵਾਂਗੇ ਜੋ ਮਦਦ ਹੋਊਗੀ ਵੱਧ ਤੋਂ ਵੱਧ ਸਰਕਾਰ ਵੱਲੋਂ ਇਹਨੇ ਮਦਦ ਕਰਾਂਗੇ ਤਾਂ ਕਿ ਅੱਜ ਇਹ ਪਰਿਵਾਰ ਬਿਲਕੁਲ ਟੁੱਟ ਚੁੱਕਿਆ ਅੱਜ ਤੋਂ ਬਾਅਦ ਇਹ ਕੋਈ ਕੰਮ ਵੀ ਨਹੀਂ ਕਰ ਸਕੂਗਾ ਕਿਉਂ ਐਡਾ ਵੱਡਾ ਦੁੱਖ ਝੱਲਣਾ ਬਹੁਤ ਔਖਾ ਪਹਿਲਾਂ ਹੀ ਬਿਮਾਰ ਸੀ ਉਹ ਪਰ ਅਸੀਂ ਪੂਰੇ ਪਰਿਵਾਰ ਦੇ ਨਾਲ ਖੜਾਂਗੇ ਹਰ ਤਰ੍ਹਾਂ ਇਹਨਾਂ ਦੀ ਮਦਦ ਕਰਾਂਗੇ ਕਿਸੇ ਤਰ੍ਹਾਂ ਦੀ ਕੋਈ ਔਕੜ ਇਸ ਪਰਿਵਾਰ ਨੂੰ ਸਰ ਜੀ ਉਸ ਨੂੰ ਬੜੀ ਦੇਰ ਬਾਅਦ ਜੇ ਸਫਲਤਾ ਮਿਲੀ ਹੈ ਜੇ ਕੱਲ੍ਹ ਇੱਕ ਬੱਚੇ ਦੀ ਲਾਸ਼ ਨੂੰ ਸ਼ਨਾਖਤ ਹੋ ਗਈ ਹੈ ਇਹਦੇ ਬਾਰੇ ਜਾਣਕਾਰੀ ਦਿਓ ਸਰ ਦੇਖੋ ਸਾਡੇ ਐਫਰਟਸ ਪਹਿਲੇ ਦਿਨ ਤੋਂ ਵੀ ਜਿੰਨੇ ਚਾਹੀਦੇ ਸੀ ਅਸੀਂ 10 ਗੁਣਾ ਵੱਧ ਕਰ ਰਹੇ ਸੀ ਅਸੀਂ ਅਤੇ ਚਲੋ ਇੱਕ ਬਾਡੀ ਮਿਲੀ ਹੈ ਹੁਣ ਉਹਦੇ 'ਚ ਉਹਨਾਂ ਨੇ ਆਈਡੈਂਟੀਫਾਈ ਕਰ ਲਿਆ ਉਹਦੀ ਅਸੀਂ ਹੁਣ ਪੋਸਟਮਾਰਟਮ ਕਰਵਾ ਕੇ ਸੰਸਕਾਰ ਪ੍ਰਵਾਨੇ ਕਰਤਾ ਬਾਕੀ ਦੀ ਕਾਰਵਾਈ ਹੁਣ ਅੱਗੇ ਚੱਲ ਰਹੀ ਹੈ ਅਸੀਂ ਸੈਂਪਲਸ ਭੇਜੇ ਹੋਏ ਨੇ ਕੱਲ੍ਹ ਡੀਐਨਏ ਜੋ ਕਿ ਹੋਊਗਾ ਤੁਹਾਨੂੰ ਦੱਸਾਂਗੇ